ਹਾਂਜੀ ਸਰ, ਕੀ ਨਾਮ ਹੈ? ਮੈਂ ਜਗਤਾਰ ਸਿੰਘ ਕਾਲਾਝਾੜ, ਸੂਬਾ 71 ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਮ। ਅੱਜ ਕਿਹੜੀ ਰਣਨੀਤੀ ਹੈ ਤੁਹਾਡੀ ਅੱਜ ਦਾ? ਅੱਜ ਦੇਖੋ, ਪਟਿਆਲੇ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਨੇ ਆਉਣਾ ਹੈਗਾ, ਇਸ ਕਰਕੇ ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਵੱਲੋਂ ਵੱਡੀ ਪੱਧਰ 'ਤੇ ਵਿਰੋਧ ਆ ਜਿਹੜਾ ਉਹ ਕਰਾਂਗੇ। ਲਗਭਗ 10,000 ਕਿਸਾਨ ਆ ਜਿਹੜਾ ਸਾਡਾ ਇੱਥੇ ਇਕੱਠਾ ਹੋਊਗਾ, ਕਿਉਂਕਿ ਅਸੀਂ ਇਹ ਵਿਰੋਧ ਇਸ ਕਰਕੇ ਕਰ ਰਹੇ ਹਾਂ, ਜਦੋਂ ਕਿਸਾਨ ਲੜੇ ਨੇ ਆਪਣੀਆਂ ਜਾਇਜ਼ ਮੰਗਾਂ ਦੇ ਲਈ, 3 ਕਾਲੇ ਕਾਨੂੰਨ ਜਿਹੜੇ ਮੋਦੀ ਹਕੂਮਤ ਨੇ ਬਣਾਏ ਉਹਨਾਂ ਦੇ ਖਿਲਾਫ਼ ਦਿੱਲੀ ਦੇ ਵਿੱਚ ਗਏ ਨੇ, ਉੱਥੇ ਸਾਡਾ 750 ਕਿਸਾਨ ਸ਼ਹੀਦ ਹੋਇਆ। ਜਾਣੀ ਜਦੋਂ ਅਸੀਂ ਘੋਲ ਜਿੱਤ ਕੇ ਆਏ ਹਾਂ, ਅਸੀਂ ਬਕਾਇਦਾ ਸਾਡੇ ਲਿਖਤੀ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਨੇ ਸਾਡੀਆਂ ਮੰਗਾਂ ਮੰਨੀਆਂ ਨੇ ਕਿ MSP ਦੇ ਉੱਤੇ ਗਰੰਟੀ ਦਾ ਕਾਨੂੰਨ ਬਣਾਵਾਂਗੇ, ਜਾਣੀ ਇੱਥੇ ਪੈਨਸਲ ਆ ਜਿਹੜੀ ਕਿਸਾਨਾਂ ਦੀ ਪੈਨਸਲ ਦਾ ਪ੍ਰਬੰਧ ਕਰਾਂਗੇ, ਜਾਣੀ ਜਿਹੜੇ ਸਾਡੇ ਕਿਸਾਨ ਸ਼ਹੀਦ ਹੋਏ ਤੇ ਉਹਨਾਂ ਦੇ ਮੁਆਵਜ਼ੇ ਦੀ ਗੱਲ ਹੈਗੀ ਆ, ਜਿਹੜੇ ਸਾਡੇ ਲਖੀਮਪੁਰ ਖੀਰੀ ਦੇ ਵਿੱਚ ਸਾਡੇ ਕਿਸਾਨਾਂ ਦੇ ਉੱਤੇ ਗੱਡੀਆਂ ਚਾੜ ਕੇ ਜਿਹਨਾਂ ਨੂੰ ਕਤਲ ਕੀਤਾ ਗਿਆ ਹੈਗਾ, ਜੇ ਉਹਨਾਂ ਦੇ ਦੋਸ਼ੀਆਂ ਨੂੰ ਗ੍ਰਿਫਤਾਰੀ ਦੀ ਗੱਲ ਆ ਜਿਹੜੀ, ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਲਗਾਤਾਰ ਸੰਘਰਸ਼ ਦੇ ਮੈਦਾਨ ਦੇ ਵਿੱਚ ਹਾਂ। ਪਿਛਲੇ ਵਾਰ ਕਿਸਾਨ ਗਏ ਨੇ, ਮਤਲਬ ਉਦੋਂ ਜਾਣ ਤੋਂ ਕਿੱਲ ਗੱਡੇ ਨੇ, ਅਥਰੂ ਕਿਸੇ ਦੇ ਗੋਲੇ ਸਿੱਟੇ ਨੇ, ਵੱਡੀਆਂ ਵੱਡੀਆਂ ਜਿਹੜੀਆਂ ਕੰਧਾਂ ਕੱਢੀਆਂ ਗਈਆਂ ਨੇ ਉੱਥੇ, ਇਹ ਕਿਹੜੀ ਜਮਹੂਰੀਅਤ ਆ? ਜਿਹੜਾ ਹੁਣ ਜਦੋਂ ਅਸੀਂ ਵਿਰੋਧ ਕਰਦੇ ਹਾਂ, ਸਾਨੂੰ ਕਹਿੰਦੇ ਮੋਦੀ ਸਾਹਿਬ ਆ ਰਹੇ ਨੇ ਜਮਹੂਰੀ ਹੱਕ ਉਹ ਰੈਲੀ ਕਰਨ, ਅਸੀਂ ਦਿੱਲੀ ਦੇ ਵਿੱਚ ਜਦੋਂ ਕਿਸਾਨ ਜਾਂਦੇ ਨੇ ਜਾਇਜ਼ ਮੰਗਾਂ ਦੇ ਲਈ, ਉਦੋਂ ਜਮਹੂਰੀਅਤ ਕਿੱਧਰ ਜਾਂਦੀ ਆ? ਇਸ ਕਰਕੇ ਅਸੀਂ ਵਿਰੋਧ ਆ ਸਾਡਾ, ਸਖਤ ਵਿਰੋਧ ਆ, ਜਿਹਦੇ 'ਚ ਵੱਡੀ ਗਿਣਤੀ 'ਚ ਔਰਤਾਂ ਨੇ ਆਉਣਾ ਹੈਗਾ। ਇਸ ਕਰਕੇ ਇਹ ਸਾਡਾ ਪ੍ਰੋਗਰਾਮ, ਜਿੰਨਾ ਚਿਰ ਪ੍ਰਧਾਨ ਮੰਤਰੀ ਸਾਹਿਬ ਪਟਿਆਲੇ 'ਚ ਰਹਿਣਗੇ ਉਨੀ ਦੇਰ ਅਸੀਂ ਇੱਥੇ ਬੈਠਾਂਗੇ, ਉਹਨਾਂ ਦੇ ਜਾਣ ਤੋਂ ਬਾਅਦ ਅਸੀਂ ਬਕਾਇਦਾ ਮਾਰਚ ਕਰਕੇ ਅੱਜ ਦੀ ਸਮਾਪਤੀ ਕਰਾਂਗੇ, ਕਿਉਂਕਿ ਇਹ ਵੋਟਾਂ ਦੇ ਦਿਨ ਨੇ। ਵੋਟਾਂ ਦੇ ਦਿਨਾਂ 'ਚ ਇਹ ਵੋਟ ਪਾਰਟੀਆਂ ਨੇ ਜਿਹੜੀਆਂ ਆਪਦੇ ਆਪ ਦਾ ਜਿਹੜੀ ਡਾਮਰੂ ਲੈ ਕੇ ਆਉਂਦੀਆਂ ਹੈਗੀਆਂ ਨੇ। ਅਸੀਂ ਸਮਝਦੇ ਹਾਂ ਕਿ ਲੋਕਾਂ ਦੀ ਤਾਕਤ ਨਾਲ ਹੀ ਇਹ ਮੰਗਾਂ ਮਨਾਈਆਂ ਜਾਣਗੀਆਂ। ਹੁਣ ਕੀ ਹੋ ਰਿਹਾ? ਹੁਣ ਇਹ ਹੋ ਰਿਹਾ, ਅੱਗੇ ਕੋਈ ਕਹਿੰਦੇ ਆ ਸਮਾਜਵਾਦੀ ਪਾਰਟੀ ਆ, ਆ ਗਾਂਧੀਵਾਦੀ ਪਾਰਟੀ ਆ, ਇਹਦਾ ਕੋਈ ਏਜੰਡਾ? ਇਹਨਾਂ ਦਾ ਹੁਣ ਕੋਈ ਏਜੰਡਾ ਨਹੀਂ, ਸ਼ਾਮ ਨੂੰ ਕਿਤੇ ਹੁੰਦਾ, ਦੂਜੇ ਦਿਨ ਕਿਤੇ ਹੁੰਦਾ। ਇਸ ਕਰਕੇ ਲੋਕਾਂ ਨੇ ਪੂਰੀ ਤਰ੍ਹਾਂ ਬੁੱਝ ਲਿਆ, ਪਿੰਡਾਂ ਦੇ ਵਿੱਚ ਲੋਕ ਘੇਰ ਕੇ ਪੁੱਛਣ ਲੱਗ ਗਏ ਵੀ ਤੁਸੀਂ ਸਾਨੂੰ ਜਵਾਬ ਦਿਓ, ਆਹ ਜਿਹੜੀਆਂ ਸਾਡੇ ਨਾਲ ਵਾਅਦੇ ਕੀਤੇ ਨੇ, ਜਿਹੜਾ ਸਾਡੇ ਨਾਲ ਗਰੰਟੀਆਂ ਦੀ ਗੱਲ ਕਰਦੇ ਹੈਗੇ ਹੋ। ਇਸ ਕਰਕੇ ਇਹ ਲੋਕ ਜਾਗਰੂਕ ਹੋ ਗਏ, ਹੁਣ ਇਕੱਠੇ ਹੋ ਕੇ ਇਹ ਲੋਕ ਇਹਦੇ ਖਿਲਾਫ਼, ਇਹ ਸਿਸਟਮ ਦੇ ਖਿਲਾਫ਼ ਲਗਾਤਾਰ, ਇਹ ਗਾਂਧਲਿਆ ਹੋਇਆ ਸਿਸਟਮ ਆ, ਜਿਹੜੇ ਗਾਂਧਲੇ ਹੋਏ ਦੇ ਸਿਸਟਮ ਦੇ ਖਿਲਾਫ਼ ਅਸੀਂ ਲਗਾਤਾਰ ਆ ਜਿਹੜਾ ਲੋਕ ਲੜ ਰਹੇ ਨੇ, ਅਤੇ ਅੱਜ ਪੂਰਨ ਵਿਰੋਧ ਆ ਜਿਹੜਾ ਮੋਦੀ ਸਾਹਿਬ ਦਾ, ਅਸੀਂ ਸ਼ਾਂਤਮਈ ਤਰੀਕੇ ਦੇ ਨਾਲ। ਸਰ ਵੱਲੋਂ ਕੋਈ ਗੱਲਬਾਤ ਹੋਈ ਕਿ ਅਸੀਂ ਗੱਲ ਕਰਾਵਾਂਗੇ ਕੋਈ? ਦੇਖੋ ਕੱਲ੍ਹ ਦੀ ਗੱਲ ਚੱਲਦੀ ਆ, ਲਗਾਤਾਰ DIG ਸਾਹਿਬ ਆ, IG ਸਾਹਿਬ ਆ, ਲਗਾਤਾਰ ਗੱਲਬਾਤ 'ਚ ਨੇ। ਪਹਿਲਾਂ ਕਹਿੰਦੇ 11 ਨਾਕੇ ਲਾਉਣ ਦਾ, ਪਟਿਆਲੇ ਨੂੰ ਸੀਲ ਕਰਨ ਦਾ ਪ੍ਰੋਗਰਾਮ ਬਣਾ ਲਿਆ ਇਹਨਾਂ ਨੇ ਆਪਦਾ। ਅਸੀਂ ਕਿਹਾ ਜੀ ਹਰ ਹਾਲਤ 'ਚ ਜਾਵਾਂਗੇ, ਚਾਹੇ ਸਾਨੂੰ ਪਟਿਆਲੇ ਦੇ ਵਿੱਚ ਤੁਸੀਂ ਜੇ ਨਹੀਂ ਜਾਣ ਦਿਓਗੇ, ਅਸੀਂ ਇਹਦਾ ਪ੍ਰੋਗਰਾਮ ਜਾਣੀ ਅਸੀਂ ਹਰ ਹਾਲਤ 'ਚ ਪਟਿਆਲੇ 'ਚ ਆਵਾਂਗੇ, ਤੁਸੀਂ ਫਿਰ ਰੋਕ ਲਿਓ ਸਾਨੂੰ। ਇਸ ਕਰਕੇ ਫਿਰ ਉਹਨਾਂ ਨੇ ਕਿਹਾ ਹੈਗਾ ਵੀ ਅਸੀਂ ਬਕਾਇਦਾ ਤੁਹਾਨੂੰ ਥਾਂ ਦਾ ਜਿਹੜਾ ਉਹ ਕਰਦੇ ਹਾਂ। ਇਹ ਲੋਕਾਂ ਦੀ ਤਾਕਤ ਆ ਜਿਹੜਾ ਇੱਥੇ ਬੈਠੇ, ਅੱਜ ਆਹ ਥਾਂ ਦੇ ਉੱਤੇ ਬੈਠੇ ਹਾਂ, ਪਟਿਆਲੇ ਦੇ ਵਿੱਚ ਬੈਠੇ ਹਾਂ। ਇਸ ਕਰਕੇ ਇਹ ਵਿਰੋਧ ਆ ਜਿਹੜਾ ਲਗਾਤਾਰ ਇਸੇ ਤਰ੍ਹਾਂ ਜਾਰੀ ਹੈ। ਵੋਟਾਂ ਦੀ ਗੱਲ ਕਰੀਏ, ਕੇਂਦਰ ਸਰਕਾਰ ਨਾਲ ਕਸਮਾਂ ਚੱਲ ਰਹੀ ਹੈ, ਕਿੱਦਾਂ ਲੱਗਦਾ ਇਹਦਾ, ਵੋਟਾਂ ਦਾ ਕੀ ਰਹੇਗਾ ਕਿਸਾਨਾਂ ਦਾ ਰੋਲ? ਦੇਖੋ, ਵੋਟਾਂ ਦਾ ਤਾਂ ਕਿਸਾਨਾਂ ਨੇ ਇਹ ਗੱਲ ਬੁੱਝ ਲਈ ਕਿ ਵੋਟਾਂ ਨੇ ਜਿਹੜੀਆਂ ਜਦੋਂ ਵੀ ਇਹ ਆਉਂਦੇ ਨੇ, ਵੋਟਾਂ ਤਾਂ ਸਾਨੂੰ ਪਾੜਦੀਆਂ ਨੇ, ਸਾਡੇ 'ਚ ਫੁੱਟ ਪਾਉਂਦੀਆਂ ਨੇ। ਜਦੋਂ ਸਰਪੰਚੀ ਦੀਆਂ ਵੋਟਾਂ ਆਉਂਦੀਆਂ ਨੇ ਉਦੋਂ ਭਾਈ ਨਾਲ ਭਾਈ ਪਾੜ ਜਾਂਦੇ ਨੇ, ਜਾਣੀ ਚਿੱਟੇ ਵਰਗੇ ਨਸ਼ੇ, ਫੀਮ ਵਰਗੇ, ਭੁੱਕੀ ਵਰਗੇ ਜਿਹੜੇ ਨਸ਼ੇ ਪਹਿਲਾਂ ਲੋਕਾਂ ਨੇ ਕਢਾਏ ਨੇ। ਅੱਜ ਸਾਡੇ ਪਿੰਡਾਂ ਦੇ ਵਿੱਚ ਜਿਹੜਾ ਵੱਡੀ ਪੱਧਰ 'ਤੇ ਪਾੜਾ, ਇਹ ਵੋਟਾਂ ਪਾਉਂਦੇ ਨੇ, ਅਸੀਂ ਤਾਂ ਸਮਝਦੇ ਹਾਂ ਵੀ ਇਹ ਲੋਕਾਂ ਦੇ ਉੱਤੇ ਹਮਲਾ। ਇਸ ਕਰਕੇ ਲੋਕ ਇਕੱਠੇ ਹੋਣਗੇ, ਇਕੱਠੇ ਹੋ ਕੇ ਆਪਦੇ ਪੱਖ ਦੇ ਕਾਨੂੰਨ ਨੇ ਜਿਹੜੇ ਫੇਰ ਬਣਾਉਣਗੇ।